ਇਸ ਛਤਰ ਦੀ ਸੇਵਾ ਗੁਰੂ ਨਾਨਕ ਦਰਬਾਰ ਹਿਕਸਵਿਲ ਦੀ ਸਮੂਹ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪੰਜਾਬੀ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਪੇਟਾ ਕੀਤਾ ਗਿਆ ਜੋ 11 ਜਨਵਰੀ 2019 ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗਿਆਨੀ ਕੁਲਦੀਪ ਸਿੰਘ ਜੀ ਦੇ ਹੱਥ ਕਮਲਾ ਨਾਲ ਗੁਰੂ ਦਰਬਾਰ ਸਾਹਿਬ ਵਿੱਚ ਸਜਾਇਆ ਗਿਆ ਜੱਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਆਲੀਆ ਵੈਸੇ ਤੇ ਕਹੀਂ ਅਜੇ ਹੀ ਸ਼ਕਸ਼ੀਤਾ ਜਨਮ ਲੈ ਚੁਕੀਆਂ ਹਨ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਆਪਣੀ ਸ਼ਹਾਦਤ ਦਿੱਤੀ ਲੇਕਿਨ ਅੱਜ ਨਿਊਯਾਰਕ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦਰਬਾਰ ਲੌਂਗ ਆਇਲੈਂਡ ਹਿਕਸਵਿਲ ਵਿਖੇ ਗੁਰੂ ਘਰ ਦੇ ਵਿੱਚ ਉਸ ਸ਼ਹਾਦਤ ਨੂੰ ਵੀ ਔਰ ਉਸ ਗੁਰੂ ਨੂੰ ਵੀ ਯਾਦ ਕੀਤਾ ਜਾ ਰਿਹਾ ਜਿਨੇ ਆਪਣਾ ਪੂਰਾ ਪਰਿਵਾਰ ਵਾਰਤਾ ਔਰ ਅੱਜ ਉਹਨਾਂ ਦਾ ਗੁਰਪੁਰਬ ਬੜੇ ਹੀ ਹਰਸ਼ੁਹਲਾਸ ਦੇ ਨਾਲ ਇਸ ਧਰਤੀ ਦੇ ਉੱਤੇ ਇਸ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਜੇਕਰ ਮੈਂ ਗੁਰੂ ਨਾਨਕ ਦਰਬਾਰ ਲੌਂਗ ਆਇਲੈਂਡ ਦੀ ਗੱਲ ਕਰਦਾ ਤੇ ਉਹਨਾਂ ਦਾ ਹਮੇਸ਼ਾ ਇਸ ਗੁਰੂ ਘਰ ਦਾ ਸੁਪਨਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਫਿਲਾਸਫੀ ਨੂੰ ਉਹਨਾਂ ਦੀ ਟੀਚਿੰਗ PREECHINGS ਨੂੰ ਗਰਾਊਂਡ ਲੈਵਲ ਤੇ ਇਸ ਗੁਰੂ ਘਰ ਦੇ ਵਿੱਚ ਸਿਖਾਇਆ ਜਾਵੇ ਦੱਸਿਆ ਜਾਵੇ ਭਾਵੇਂ ਵਕ ਵਕ कथावाचक कीर्ति ने जथे इस गुरुद्वारे ਵਿੱਚ ਸ਼ਮੂਲੀਅਤ ਕਰਦੇ ਹਨ ਔਰ ਇੱਥੇ ਸੰਗਤ ਪਹੁੰਚ ਦੀ ਹੈ ਤੇ ਨਿਹਾਲ ਵੀ ਹੁੰਦੀ ਹੈ ਅੱਜ ਜਸ ਬ੍ਰॉडकास्टिंग ਦੀ ਟੀਮ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨਾਲ ਔਰ ਇਸ ਗੁਰੂਕਰ ਦੇ ਵਿੱਚ ਕਿਸ ਤਰੀਕੇ ਨਾਲ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਅੱਜ ਤੁਹਾਨੂੰ ਇਸ ਪ੍ਰੋਗਰਾਮ ਰਾਹੀਂ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਪ੍ਰਬੰਧਕ ਮੌਜੂਦ ਹਨ ਇਸ ਗੁਰੂਕਰ ਦੇ ਨੁਮਾਇੰਦੇ ਮੌਜੂਦ ਹਨ ਸਭ ਤੋਂ ਪਹਿਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂਆਤ ਕਰਦੇ ਹਾਂ ਹਰਚਰਨ ਸਿੰਘ ਗੁਲਾਟੀ ਜੀ ਹੋਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇ ਪਰਗਟਿਓ ਮਰਦ ਗਮੜਾ ਵਰੀਆ ਮਕੇਲਾ ਵਾਹ ਵਾ ਗੋਬਿੰਦ ਸਿੰਘ ਆਪੇ ਗੁਰਚੇਲਾ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਖਾਲਸਾ ਦੇ ਸਿਰਜਣਹਾਰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਅੱਜ ਆਗਮਨ ਪੋਸੂ ਦੀ ਸਤਮੀ ਵਾਲੇ ਦਿਨ ਜੋ ਤਕਰੀਬਨ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਗੁਰੂ ਨਾਨਕ ਦਰਬਾਰ ਵਿੱਚ ਵੀ ਅੱਜ ਇਸ ਦਿਹਾੜੇ ਨੂੰ ਬਹੁਤ ਹੀ ਸ਼ਰਧਾਪੂਰਵਕ ਸ਼ਰਧਾਪੂਰਵਕ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਨਾਲ ਮਨਾਇਆ ਜਾ ਰਿਹਾ ਹੈ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਐਸੀ ਸ਼ਖਸੀਅਤ ਸਨ ਜਿਨ੍ਹਾਂ ਯੋਧੇ ਜਿਨ੍ਹਾਂ ਨੂੰ ਅਸੀਂ ਯੋਧੇ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਫਿਲਾਸਫਰ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਕਵੀ ਕਹਿ ਸਕਦੇ ਹਾਂ ਉਹ 42 ਸਾਲ ਦੀ ਉਮਰ ਵਿੱਚ ਉਹ ਕੁਝ ਕਰ ਗਏ ਨੇ ਜੋ ਸ਼ਾਇਦ 100 ਸਾਲ ਦੀ ਉਮਰ ਵਿੱਚ ਵੀ ਕੋਈ ਨਾ ਕਰ ਸਕਦਾ ਜੇ ਉਹਨਾਂ ਦੀ ਫਿਲਾਸਫੀ ਦੇਖੀਏ ਜੇ ਉਹਨਾਂ ਦੀ ਜੋ ਕੁਝ ਉਹਨਾਂ ਨੇ ਉਚਰਿਆ ਜੋ ਬਾਣੀ ਉਹਨਾਂ ਨੇ ਉਚਰੀਏ ਜੇ ਉਹਨਾਂ ਨੂੰ ਦੇਖੀਏ ਤਾਂ ਉਹਦੇ ਵਿੱਚ ਬਹੁਤ ਹੀ ਫਿਲਾਸਫਾ ਹੈ ਅਸੀਂ ਸ੍ਰੀ ਜੋਤ ਸਹਿਬ ਨੂੰ ਦੇਖ ਲਈਏ ਸ੍ਰੀ ਜੋਤ ਸਹਿਬ ਦੇ ਵਿਚਕਾਰ ਤਿੰਨ ਪਾਸ਼ਾਵਾਂ ਦਾ ਸੰਗਮ ਹੈ ਬਿਰਜ ਪਾਸ਼ਾ ਪੰਜਾਬੀ ਪਾਸ਼ਾ ਫਾਰਸੀ ਪਾਸ਼ਾ ਅਤੇ ਸੰਸਕ੍ਰਿਤ ਇਸ ਕਰਕੇ ਅਸੀਂ ਉਹਦੇ ਤੋਂ ਹੀ ਕੈਸੇ ਨਹੀਂ ਆ ਕਿ ਉਹਦੇ ਵਿੱਚ ਕਿੰਨੇ ਗੁਣ ਸਨ ਕਿੰਨਾ ਮਹਾਨ ਵਿਦਵਾਨ ਸੀ ਸੋ ਸਾਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੇ ਗੁਣਾਂ ਨੂੰ ਉਹਨਾਂ ਦੀ ਬਾਣੀ ਨੂੰ ਉਹਨਾਂ ਦੇ ਵਿਚਾਰਾਂ ਨੂੰ ਜਿਨ੍ਹਾਂ ਨੇ ਕਿ ਤਕਰੀਬਨ ਮਨੁੱਖਤਾ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਆਪਣਾ ਸਰਬੰਸ ਦਾਨ ਕੀਤਾ ਹੈ ਉਹ ਸਾਨੂੰ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੇ ਦਿਨ ਨੂੰ ਅਸੀਂ ਬਹੁਤ ਹੀ ਸ਼ਰਧਾਪੂਰਕ ਮਨਾਈਏ ਅਤੇ ਉਹਨਾਂ ਨੂੰ ਹਮੇਸ਼ਾ ਯਾਦ ਕਰੀਏ ਸਾਨੂੰ ਫਖਰ ਹੈ ਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿ ਪਿਛੋਕੜ ਸਾਡਾ ਕਾਬਲ ਅਫਗਾਨਿਸਤਾਨ ਦਾ ਹੈ ਉਹਨਾਂ ਨੇ ਸਾਡੇ ਵਾਸਤੇ ਕਾਬਲ ਵਿੱਚ ਵੀ ਇੱਕ ਹੁਕਮਨਾਮਾ ਭੇਜਿਆ ਸੀ ਜੋ ਅੱਜ ਤੱਕ ਉਹ ਹੁਕਮਨਾਮਾ ਮੌਜੂਦ ਹੈ ਅਤੇ ਉਦੋਂ ਉੱਤੇ ਜੋ ਕਾਬਲ ਦੀ ਸੰਗਤ ਹੈ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आज दिन अं साहिब कमाल साहिब श्री गुरु गोबिंद साहब का जन्मदिन इतनी बहुत धूमधाम मना रहे संगत बहुत ज्यादा आई है न्यूयॉर्क की संगत तकरीबन बहुत सारी इतनी संगत हाजिर हुई है तो असं गुरु गोबिंद साहब का जन्मदिन बहुत धूमधाम के ना मना रहे हैं, है। है। हैं। बाकी जो भी असी सिफत सलाह करिए गुरु गोबिंद साहब जी वह बहुत घट्ट है असी वो मू नहीं जितना किसी सिफत कर सीए तो वाहू जी का खालसा ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਰਾਜ ਸਿੰਘ ਐਜ਼ ਅ ਵਾਈਸ ਸੈਕਟਰੀ ਆਪ ਜੀ ਦੇ ਨਾਲ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਸਭ ਤੋਂ ਪਹਿਲਾ ਸਰਬੱਤ ਸਾਂਗਤ ਨੂੰ ਔਰ ਦੁਨੀਆ ਪਰ ਵਸਤੇ ਸਿੱਖਾਂ ਨੂੰ ਵਧਾਈ ਲੱਖ ਲੱਖ ਵਧਾਈ 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 ਪੇਸ਼ ਕਰਦੇ ਹਾਂ ਅੱਜ ਦੇ ਦਿਨ ਸਾਰੇ ਸੰਸਾਰ ਵਿੱਚ ਇਹ ਦਿਨ ਬੜੀ ਪੂਰਵ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਜਿਸ ਤਰ੍ਹਾਂ ਕਿ ਆ ਕਾਬਲ ਅਫਗਾਨਿਸਤਾਨ ਵਿੱਚ ਮਨਾਉਂਦੇ ਸੀ ਅਸੀਂ ਉਸੇ ਤਰੀਕੇ ਨਾਲ ਮਨਾ ਰਹੇ ਹਾਂ ਇਹ ਕੋਈ ਡਿਫਰੈਂਟ ਨਹੀਂ ਮਗਰ ਇਹ ਹੈ ਕਿ ਸਾਡੀ ਜਿਹੜੀ ਉਥੋਂ ਦੀ ਵੱਖਰਾ ਇੱਕ ਕਲਚਰ ਜਾਂ ਵੱਖਰੀ ਇੱਕ ਸੋਚ ਹੈ ਉਸ ਦੇ ਹਿਸਾਬ ਦੇ ਨਾਲ ਅਸੀਂ ਇਸ ਚੀਜ਼ ਨੂੰ ਅੱਗੇ ਲੈ ਜਾ ਰਹੇ ਹਾਂ ਤਾਂ ਮੈਂ ਅਸੀਂ ਇੱਥੇ ਵੀ ਆਪਣੇ ਹਿਸਾਬ ਨਾਲ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਟੀਚਿੰਗਸ ਨੇ ਆਪਣੇ ਸਕੂਲ ਰਾਈ ਕਿ ਜਿਹੜੀ ਹੁਣ ਸ਼ੁਰੂ ਤੋਂ ਚੱਲ ਰਿਹਾ ਹੈ ਔਰ ਇਹ ਆਇਸਤਾ ਆਇਸਤਾ ਇਹਨਾਂ ਦੀਆਂ ਕਲਾਸਾਂ ਵਧੀਆਂ ਜਾਣ ਗਿਆ ਔਰ ਉਹ ਟੀਚਿੰਗ ਐਂਡ ਪ੍ਰੀਚਿੰਗ ਜਿਹੜੀ ਏ ਅਸਾਂ ਨੇ ਇੱਥੇ ਬੱਚਿਆਂ ਵਿਚਕਾਰ ਕੋਸ਼ਿਸ਼ ਕਰਕੇ ਅੱਗੇ ਲੈ ਜਾਣੀ ਏ ਸੋ ਇਤਨੀ ਬੇਨਤੀ ਦੇ ਨਾਲ ਮੈਂ ਆਪ ਜੀ ਦੇ ਖਿਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੋਹਨ ਸਿੰਘ ਮੁਖਸ਼ਵਾਦਾ ਗੁਰਦਾਨ ਦਰਬਾਰ ਇਕਸ਼ਵਿਲ ਬਹੁਤ ਖੁਸ਼ੀ ਦਾ ਜਾ ਰਹਾ ਹੈ ਜੋ ਅਸੀ ਉਦਾਰ ਦੰਦਬਾਰੇ ਸੈਕ ਕਮਾਲ ਦਸਮ ਪਾਤਸ਼ਾ ਸੈਕ ਗੁਰੂ ਜੀ ਦਾ ਪ੍ਰਕਾਸ਼ ਸਮਾਣਾ ਰਹੇ ਹਾਂ ਖਾਸ ਖਾਸ ਨੂੰ ਲਖਸਰ ਬਧਾਈ ਦਿੰਦੇ ਹਾਂ ਸਰਬਪ੍ਰੀਤ ਖੁਸ਼ੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੌਕਾ ਮਿਲਿਆ ਹੈ ਅਸੀ ਗੁਰੂ ਗ੍ਰੰਥ ਜੀ ਹੋ ਸੰਤਨ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਵਲ ਸਿੰਘ ਮੋਰਾ ਕੇ ਸੇਵਾ ਦਾ ਗੁਰੂਆਂ ਦਰਬਾਰ ਦਾ ਸੱਚੇ ਪਾਤਸ਼ਾਹ ਅਜ ਗੁਰੂ ਗੋਬਿੰਦ ਸਿੰਘ ਦੀ ਜਨ ਸ਼ੌਕਤ ਦੇ ਦੇਖ ਕੇ ਅਸੀਂ ਬੜੇ ਖੁਸ਼ਾਂ ਬੜੇ ਖੁਸ਼ਾਂ ਕਿ ਜਨਮ ਦਿਨ ਦਾ ਦਿਹਾੜਾ ਹ ਸੰਗਤ ਨੂੰ ਦੇਖ ਕੇ ਬੜੇ ਫਰਫੂਰ ਸੰਗਤ ਤੇ ਬਹੁਤ ਜ਼ਿਆਦਾ ਸੰਗਤ ਕੀ ਇਸ ਦੀ ਖੁਸ਼ੀ ਦੇ ਵਿੱਚ ਅਸੀਂ ਸ਼ਾਮਲ ਹੋਇਆ ਅਸੀਂ ਗੁਰੂ ਨਿਹਾਲ ਸਿੰਘਤਾਂ ਦੇ ਅਸੀਂ ਤਨਵਾਦ ਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਲੱਖ ਲੱਖ ਵਧਾਈ ਦਿੰਦੇ ਆ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨ ਤਨ ਦਸਮ ਪਾਤਸ਼ਾ ਸਰਬੰਸਤਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੋ ਸਾਰੀ ਦੁਨੀਆ ਚੜਜ ਮਨਾਇਆ ਜਾ ਰਿਹਾ ਹੈ ਆਪ ਸਾਰੀਆਂ ਸੰਗਤਾਂ ਨੂੰ ਦੁਨੀਆ ਭਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਸਵੇਰ ਤੋਂ ਹੀ ਜੋ ਸੰਗਤਾਂ ਦਾ ਗੁਰੂ ਘਰ ਦੇ ਵਿੱਚ ਹੜ ਆਇਆ ਹੋਇਆ ਇੱਕ ਹਸਾਬ ਨਾਲ ਸਵੇਰ ਤੋਂ ਹੀ ਸੰਗਤਾਂ ਆ ਰਹੀਆਂ ਨੇ ਗੁਰੂ ਦੇ ਕੀਰਤਨ ਸੁਣ ਕੇ ਆਪਣਾ ਜੀਨ ਨੂੰ ਸਫਲ ਕਰ ਰਹੀਆਂ ਨੇ ਸੋ ਇਹ ਰੁਝਾਨ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਜੋ ਗੁਰੂ ਸਾਹਿਬ ਦੀ ਉਪਮਾ ਦੇ ਸ਼ਬਦ ਗਾਏ ਜਾ ਰਹੇ ਨੇ ਔਰ ਵਿਖਿਆਨ ਹੋ ਰਹੇ ਨੇ ਗੁਰੂ ਸਾਹਿਬ ਨੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਜੋ ਸਾਡੇ ਤੇ ਕਿਰਪਾ ਕਰਕੇ ਜੋ ਖਾਲਸਾ ਪੰਥ ਸਾਜਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਇਹ ਵੀ ਕਹੀ ਸੀਗੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਸ਼ਬਦ ਪੜਨਾ ਗੁਰੂ ਦੀ ਬਾਣੀ ਸੁਣਨੀ ਪੜਨੀ ਸਾਡੇ ਤਨ ਭਾਗ ਨੇ ਲੇਕਿਨ ਅਸੀਂ ਅਗਰ ਗੁਰਜੀ ਦੀਆਂ ਰਹਿਤਾਂ ਤੇ ਨਹੀਂ ਚੱਲਦੇ ਅਸੀਂ ਰੁਕਰਹਿਤਾਂ ਤੋਂ ਬਚਾ ਨਹੀਂ ਕਰਦੇ ਤਾ ਫੇਰਾ ਸਿਗੁਰੂ ਜੀ ਦੇ ਬਖਸ਼ਸ਼ ਤੇ ਚੜੇ ਆ ਸੀ ਉਹ ਭਾਗੀ ਨਹੀਂ ਬਣਦੇ ਸੋ ਸਾਨੂੰ ਗੁਰੂ ਜੀ ਦੇ ਰਹਿਤਾਂ ਜੋ ਹੈਗੀਆਂ ਦਿੱਤੀਆਂ ਨੇ ਗੁਰੂ ਸਾਹਿਬ ਨੇ ਪੰਜ ਕੱਕੇ ਕੇਸ ਕੜਾ ਕੰਗਾ ਕਿਰਪਾਨ ਕਸ਼ਹਿਰਾ ਸਾਡੀ ਪਹਿਲੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਜੇ ਧਰਨੀ ਬਣੀਏ ਗੁਰੂ ਦੀ ਬਾਣੀ ਪੜੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਜਦੋਂ ਵੀ ਮੌਕਾ ਲੱਗੇ ਅਸੀਂ ਅਮਰ ਸ਼ਕਨ ਦੇ ਜੋਗਰ ਕਰ ਹੋਈਏ ਸਾਨੂੰ ਚੱਕ ਲੈਣਾ ਚਾਹੀਦਾ ਸੋ ਗੁਰੂ ਕਿਰਪਾ ਕਰੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੜਿਆ ਉਹਨਾਂ ਦੀ ਜੀਵਨੀ ਪੜੋ ਤੁਸੀਂ ਉਹਨਾਂ ਜੋ ਲੜਾਈਆਂ ਲੜਦੀਆਂ ਪਈਆਂ ਨੇ ਜ਼ੁਲਮ ਦੇ ਖਿਲਾਫ ਉਸ ਜ਼ੁਲਮ ਦੇ ਖਿਲਾਫ ਉਹਨਾਂ ਨੇ ਲੜਾਈ ਲੜੀ ਉਹਦੇ ਸਾਰਾ ਪਰਿਵਾਰ ਵਾਰਿਆ ਉਹਨਾਂ ਨੇ ਔਰ ਸਾਨੂੰ ਇੱਕ ਨਸੀਹਤ ਦਿੱਤੀ ਉਹਨਾਂ ਨੇ ਬੜੀ ਵੱਡੀ ਕਿ ਗੁਰੂ ਪਿਆਰੇ ਗੁਰੂ ਦੇ ਸਿੰਘੋ ਜ਼ੁਲਮ ਕਰਨਾ ਵੀ ਪਾਪ ਹੈ ਔਰ ਜ਼ੁਲਮ ਸੈਣਾ ਵੀ ਪਾਪ ਹੈ ਔਰ ਉਹਨਾਂ ਦਾ ਜਿਹੜਾ ਇੱਕ ਫਾਰਸੀ ਦਾ ਸ਼ਬਦ ਹੈ ਚੂਕਾਰ ਅਜ਼ਮਾ ਅਜ਼ਹਲਾ ਹੀ ਮੈਂ ਦਰਗੁਜਸ਼ਤ ਹਲਾਲਸ ਬੋਰਦਨ ਬਾ ਸ਼ਮਸ਼ੀਰਦਾਸ ਸੋ ਗੁਰੂ ਕਿਰਪਾ ਕਰੇ ਅਸੀਂ ਉਹਨਾਂ ਦੇ ਪੁਰਨਿਆਂ ਤੇ ਚੱਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤਨ ਤਨ ਸੈਭੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਪ੍ਰਭ ਬਣਾਉਂਦਿਆਂ ਹੋਇਆਂ ਗੁਰੂ ਨਾਨਕ ਦਰਬਾਰ ਇੱਕ ਸਲ ਵਿਖੇ ਸੰਗਤਾਂ ਦਾ ਅਥਾ ਜੋ ਹੜ੍ਹ ਕਹ ਲਈਏ ਆਇਆ ਹੋਇਆ ਹੈ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਅੰਮ੍ਰਿਤ ਵੇਲੇ ਤੋਂ ਹੀ ਜੋ ਦੀਵਾਨ ਸਜਰੇ ਨੇ ਤੇ ਹੁਣ ਤੱਕ ਸਾਜ ਰਹੇ ਨੇ ਸੰਗਤਾਂ ਬਹੁਤ ਸ਼ਾਹ ਦੇ ਨਾਲ ਗੁਰਬਾਣੀ ਕੀਰਤਨ ਦੇ ਨਾਲ ਗੁਰਮਤ ਵਿਚਾਰਾਂ ਗੁਰਬਾਣੀ ਵਿਚਾਰ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੁੜ ਰਹੀਆਂ ਨੇ ਸੋ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਗੁਰੂ ਨਾਨਕ ਦਰਬਾਰ ਇੱਕ ਸੁਲਿਖੇ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਜੋ ਪ੍ਰਕਾਸ਼ ਪੁਰਬ ਹੈ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਕਾਰਨ ਇਹ ਹੈ ਕਿ ਜਿਨ੍ਹਾਂ ਸਿੱਖਾਂ ਨੇ ਉਦਮ ਕਰਕੇ ਜਿਵੇਂ ਇੱਕ ਅਸੀਂ ਕਹਿ ਲਈਏ ਕਿ afghan ਸਿੱਖ ਸੰਗਤਾਂ ਜਿਨ੍ਹਾਂ ਦੇ ਉਦਮ ਦੇ ਨਾਲ ਇੱਕ ਜੋ ਗੁਰਦੁਆਰਾ ਸਾਹਿਬ ਹੋਂਦ ਵਿੱਚ ਆਇਆ ਹੈ ਤੇ ਕਾਬਲ ਤੋਂ afghan ਤੋਂ ਇਹ ਜੋ ਸੰਗਤਾਂ ਨੇ ਤੇ ਹਮੇਸ਼ਾ ਹੀ ਗੁਰੂ ਦੇ ਨਾਲ ਜੁੜੀਆਂ ਹੋਈਆਂ ਤੇ afghanistan ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਸਦੀਆਂ ਤੋਂ ਜੋ ਸਾਬਤ ਸੂਰਤ ਹੁੰਦਿਆਂ ਹੋਇਆਂ ਅਮਰਤ ਦੇ ਨਾਲ ਜੁੜਦਿਆਂ ਹੋਇਆਂ ਉਹਨਾਂ ਨੇ ਗੁਰੂ ਦੇ ਨਾਲ ਜੁੜਦਿਆਂ ਹੋਇਆਂ ਆਪਣਾ ਸਿੱਖੀ ਸੂਬਾ ਜਿਹੜਾ ਹੈ ਕਾਇਮ ਰੱਖਿਆ ਹੈ ਜਿੱਥੇ ਹਾਲਾਤ ਉੱਤੇ ਖਰਾਬ ਹੋਏ ਤੇ afghan ਦੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਹੋਰ ਦੇਸ਼ਾਂ ਦੇ ਅੰਦਰ ਆ ਕੇ ਸੈੱਟ ਹੋਈਆਂ ਨੇ ਆ ਕੇ ਉਹਨਾਂ ਨੇ ਇੱਥੇ ਵੀ ਗੁਰੂ ਘਰ ਨੂੰ ਛੱਡਿਆ ਨਹੀਂ ਤੇ ਆਪ ਉਹਨਾਂ ਨੇ ਜੋ ਹੈ ਗੁਰੂ ਨਵੇਂ ਗੁਰੂ ਘਰ ਜੋ ਨੇ ਹੋਂਦ ਵਿੱਚ ਲਿਆਂਦੇ ਨੇ ਤੇ ਇਸੇ ਤਰ੍ਹਾਂ ਅਫਗਾਨ ਸਿੱਖ ਸੰਗਤਾਂ ਦੇ ਉਦਮ ਦੇ ਨਾਲ ਹੀ ਇਹ ਜੋ ਗੁਰੂ ਨਾਨਕ ਦਰਬਾਰ ਹਿਕਸਵੀਲ ਜਿਹੜਾ ਹੈ ਇਹ ਗੁਰਦੁਆਰਾ ਸਾਹਿਬ ਸੰਗਤਾਂ ਦੇ ਲਈ ਇਹ ਦਰਸ਼ਨਾਂ ਦੇ ਲਈ ਮੁੰਡ ਵਿੱਚ ਆਇਆ ਹੈ ਸੰਗਤਾਂ ਬੜੇ ਉਸ਼ਾ ਦੇ ਨਾਲ ਜੋ ਹਾਜ਼ਰੀਆਂ ਭਰਦੀਆਂ ਨੇ ਸੋ ਅੱਜ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਿਹੜੇ ਕਿ ਆਪਾਂ ਕਹ ਲਈਏ ਉਹ ਇਲਾਹੀ ਜੋਤ ਤਨ ਸੈਭ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਜਿਨ੍ਹਾਂ ਬਾਰੇ ਗੁਰਬਾਣੀ ਚ ਇਹ ਅੰਕਿਤ ਹੈ ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ ਤਾ ਤੇ ਅੰਗਦ ਭਇਓ ਸਤਿ ਸ੍ਰੀ ਅਕਾਲ ਤੁਮੇ ਲਾਇਓ ਇਸੇ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਤੋਂ ਗੁਰੂ ਅਮਰਦਾਸ ਮਹਾਰਾਜੀ ਵਿੱਚ ਇਹ ਜੋ ਇਲਾਹੀ ਜੋਤ ਜਿਹੜੀ ਆਈ ਹੈ ਇਸੇ ਤਰ੍ਹਾਂ ਇਹ ਜੋ ਇਲਾਹੀ ਜੋਤ ਜਿਹੜੀ ਹੈ ਉਸ ਅਕਾਲ ਪੁਰਖ ਦੀ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਹਿਰਦੇ ਵਿੱਚ ਪ੍ਰਵੇਸ਼ ਕੀਤੀ ਹੈ ਜੋ ਇੱਕ ਸੋਚ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਜਾਗਰ ਕੀਤੀ ਸੀ ਕਿ ਇੱਕ ਸਿੱਖ ਨੂੰ ਬਾਣੀ ਦੇ ਨਾਲ ਜੋੜਿਆ ਸੀ ਉਹੀ ਜੋ 10ਵੇਂ ਪਾਤਸ਼ਾਹ ਦੀ ਜੋਤ ਵਿੱਚ ਆ ਕੇ ਉਸੇ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਤੇ ਸਿੱਖ ਨੂੰ ਜਿਹੜਾ ਹੈ ਖਾਲਸਾ ਬਣਾਇਆ ਤੇ ਗੁਰੂ ਨਾਨਕ ਦਰਬਾਰ ਹਕਸੂਲ ਵਿਖੇ ਬਹੁਤੀ ਸ਼ਰਧਾ ਨਾਲ ਜਿੱਥੇ ਸਾਰੇ ਗੁਰਪੁਰਬ ਮਨਾਏ ਜਾਂਦੇ ਨੇ ਉੱਥੇ ਜੋ ਗੁਰਦੁਆਰਾ ਮੈਨੇਜਮੈਂਟ ਸਮੂਹ ਸੇਵਾਦਾਰ ਜੋ ਆਪ ਜੀ ਮੇਰੇ ਨਾਲ ਬੈਠੇ ਨੇ ਸਾਰੇ ਆਪ ਜੀ ਦੇਖ ਰਹੇ ਹੋ ਕਿ ਹਮੇਸ਼ਾ ਹੀ ਵੱਧ ਚੜ ਕੇ ਜੋ ਗੁਰਪੁਰਬ ਮਨਾਉਂਦੇ ਨੇ ਤੇ ਖਾਸ ਤੌਰ ਤੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਜੋ ਅਫਗਾਨ ਦੀਆਂ ਸੰਗਤਾਂ ਨੇ ਲਈ ਵਿਸ਼ੇਸ਼ ਤੌਰ ਤੇ ਉਹਨਾਂ ਨੇ ਹੁਕਮਨਾਮੇ ਵੀ ਭੇਜ ਕੇ ਇਹਨਾਂ ਨੂੰ ਆਪਣੇ ਨਾਲ ਜੋੜੀ ਰੱਖਿਆ ਤੇ ਇਹ ਵੀ ਗੁਰੂ ਦੇ ਨਾਲ ਜੁੜੇ ਰਹੇ ਤੇ ਇਸੇ ਤਰ੍ਹਾਂ ਸਾਬੋ ਸੂਰਤ ਹੁੰਦਿਆ ਹੋਇਆ ਇਹਨਾਂ ਨੇ ਜਿਹੜਾ ਹੈ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਅਫਗਾਨਿਸਤਾਨ ਵਿੱਚ ਵੀ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਆ ਕੇ ਵੀ ਸਿੱਖੀ ਸਰੂਪ ਆਪਣਾ ਜਿਹੜਾ ਹੈ ਕਾਇਮ ਰੱਖਿਆ ਹੈ ਤੇ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਏ ਹੋਏ ਪੁਰਨਿਆਂ ਤੇ ਬੜੇ ਹੀ ਅੱਛੇ ਢੰਗ ਦੇ ਨਾਲ ਇਹ ਚੱਲ ਰਹੇ ਨੇ ਬਾਣੀ ਦੇ ਨਾਲ ਆਪ ਵੀ ਜੁੜੇ ਹੋਏ ਨੇ ਤੇ ਹੋਰ ਸੰਗਤਾਂ ਨੂੰ ਵੀ ਜੋੜਦੇ ਨੇ ਮੈਂ ਅੱਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ਪੁਰਪ ਦੇ ਦਿਹਾੜੇ ਤੇ ਗੁਰੂ ਨਾਨਕ ਦਵਾਰ ਇੱਕ ਸਬੂਹ ਸੰਗਤਾਂ ਵੱਲੋਂ ਸਮੂਹ ਪ੍ਰੰਧਕ ਕਮੇਟੀ ਵੱਲੋਂ ਆਪ ਜਸਟ ਟੀਵੀ ਰਾਹੀਂ ਦੇਖ ਰਹੀਆਂ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਆਪ ਜੀ ਨੂੰ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਬੰਦ ਸਿੰਘ ਹੈਜ਼ ਅ ਪਬਲਿਕ ਰਿਲੇਸ਼ਨ ਕਮੇਟੀ ਚ ਕੰਮ ਕਰ ਰਹੇ ਆ ਤੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸ਼ਵ ਦੀ ਆਪ ਜੀ ਨੂੰ ਸੰਗਤਨ ਨੂੰ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈ ਹੋਵੇ ਅੱਜ ਬੜੀ ਖੁਸ਼ੀ ਦਾ ਦਿਹਾੜਾ ਹੈ ਅਸੀਂ ਸੰਗਤ ਦੇਖ ਕੇ ਸਵੇਰੇ ਤੋਂ ਤਾਂ ਹੋਰ ਤੱਕ ਸੰਗਤਾਂ ਦਾ ਜੋ ਸੰਗਤਾਂ ਆ ਰਹੀਆਂ ਬਹੁਤ ਜ਼ਿਆਦਾ ਸੰਗਤਾਂ ਆ ਰਹੀਆਂ ਹਨ ਔਰ ਬੜੀ ਉਤਸ਼ਾਹ ਨਾਲ ਅਸੀਂ ਗੁਰਪੁਰ ਮਨਾ ਰਹੇ ਹਾਂ ਔਰ ਦੂਸਰਾ ਗੁਨਾਗ ਦਰਬਾਰ ਵੱਲੋਂ ਜੋ ਸਾਢੇ ਕੋਲ ਸਕੂਲ ਖੁੱਲਿਆ ਉਹ ਵੀ ਅੱਜ ਚੱਲ ਰਿਹਾ ਸੀ ਸਵੇਰੇ ਤੋਂ ਤੇ ਕੋਈ ਰੋਜ਼ ਐਤਵਾਰ ਮਸ਼ ਐਤਵਾਰ ਹੀ ਚੱਲ ਰਹੇ ਹਨ ਤੇ ਅਸੀਂ ਸਾਰੀ ਸੰਗਤ ਨੂੰ ਰਿਕੁਐਸਟ ਕਰਨੇ ਆ ਆਪਣੇ ਬੱਚਿਆਂ ਨੂੰ ਸਕੂਲ ਜਪੜਾ ਲਈ ਕੋਸ਼ਿਸ਼ ਕਰੋ ਔਰ ਜਿੰਨਾ ਹੋ ਸਕੇ ਗੁਰਬਾਣੀ ਨਾਲ ਜੋੜੋ ਔਰ ਪੰਜਾਬੀ ਸਿਖਾਓ ਵਾਕਿਆ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਗੁਰਗੋਵਿੰਦ ਸਿੰਘ ਜੀ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਂਸ਼ੀ ਕਪੂਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਾ ਸੇਵਾਦਾਰ ਸਾਰਿਆਂ ਨੂੰ ਅੱਜ ਦੇ ਗੁਰਪੁਰਬ ਦੀ ਲੱਖ 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 ਵਧਾਈਆਂ ਦੇਣਾ ਅੱਜ ਦੇ ਦਿਨ ਅਸੀਂ ਸਾਰਿਆਂ ਨੂੰ ਸਾਰੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸਾਰੇ ਬੱਚਿਆਂ ਨੂੰ ਸਾਰੀ ਸੰਗਤ ਗੁਰਦੁਆਰੇ ਦੇ ਵਿੱਚ ਦਰਸ਼ਨ ਦੇ ਕੇ ਇੱਥੇ ਆਜ਼ੀਆਂ ਪਾ ਰਹੇ ਲੰਗਰਾਂ ਦੀ ਸੇਵਾ ਚੱਲ ਰਹੀਆਂ ਸਾਰੇ ਹਮ ਆਕੇ ਸੰਗਰੀ ਸੇਵਾ ਕਰ ਰਹੀਆਂ ਲੋਕ ਆਪਣੀ ਤਸਵੰਤ ਕੱਟ ਕੇ ਆਪਣੇ ਲੰਗਰਾਂ ਦੇ ਵਿੱਚ ਪਾ ਰਹੇ ਨੇ ਸਕੂਲ ਦੇ ਬੱਚੇ ਪੜ ਰਹੇ ਨੇ ਸਾਰੇ ਤੁਸੀਂ ਇਸੇ ਤਰ੍ਹਾਂ ਸੀ ਜੋ ਮਿਲ ਜੁਲ ਕੇ ਸਾਰੇ ਮਿਲ ਜੁਲ ਕੇ ਆਵਾਂਗੇ ਤੇ ਸੰਗਤਾਂ ਨੂੰ ਸੰਗਤਾਂ ਦੇ ਵਿੱਚ ਜੁੜ ਕੇ ਮੇਲ ਕਰਾਂਗੇ ਸਾਡੇ ਬੱਚੇ ਵੀ ਪੰਜਾਬੀ ਸਿੱਖਣਗੇ ਸਾਡੇ ਬੱਚੇ ਵੀ ਸਾਡੇ ਇਤਿਹਾਸ ਸਿੱਖਣਗੇ ਸੋ ਔਨ ਦਿਸ ਅਸਵਿਸ਼ਸ ਡੇ ਔਨ ਦਾ ਬਰਥਡੇ ਆਫ ਗੁਰੂ ਗੋਬਿੰਦ ਸਿੰਘ ਜੀ ਵੀ ਵਿਸ਼ ਯੂ ਵੈਰੀ ਹੈਪੀ ਗੁਰਪੁਰਬ ਐਂਡ ਵੀ ਵਿਸ਼ ਯੂ ਆਲ ਦੀ ਬਲੇਸਿੰਗ ਫਰਮ ਦਾ ਵਾਈ ਗੁਰੂ ਜੀਸ ਐਂਡ ਫਰਮ ਬਲੇਸਿੰਗ ਫਰਮ ਦਾ ਹੋਲ ਮੈਨੇਜਮੈਂਟ ਕਮੇਟੀ ਆਫ ਗੁਰਦੁਆਰਾ ਗੁਰੂ ਨਾਨਕ ਦਰਬਾਰ ਆਫ ਲਾਂਗਰ ਇਨ ਹੈਕਸਵਿਲ ਵਾਈ ਜੀ ਦਾ ਖਾਲਸਾ ਵਾਈ ਜੀ ਫਤ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗੁਰਨਾਨਕ ਦਰਬਾਰ ਹਿਕਸਵਿਲ ਲੌਂਗ ਆਈਲੈਂਡ ਨਿਊਯਾਰਕ ਵਿਸੇ ਤਨਤਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਗਮਨ ਪੂਰਵ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਕਰੀਬਨ 3 ਦਿਨ ਤੋਂ ਹੀ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਵਿਸ਼ੇਸ਼ ਰੂਪ ਦੇ ਵਿੱਚ ਅੱਜ ਸਵੇਰ ਤੋਂ ਹੀ ਸੰਗਤਾਂ ਦਾ ਮੱਥਾ ਟੇਕਣ ਲਈ ਹਜ਼ੂਰ ਦੇ ਦਰ ਦੇ ਉੱਤੇ ਤਾਂਤਾ ਲੱਗਿਆ ਹੋਇਆ ਹੈ। ਤਨਗੁਰੂ ਗੋਬਿੰਦ ਸਿੰਘ ਸਾਹਿਬ ਸਮੁੱਚੀ ਮਨੁੱਖਤਾ ਦੇ ਸਰਬਸਾਂਝੇ ਗੁਰੂ ਹਨ ਤੇ ਉਹਨਾਂ ਦਾ ਇਹ ਉਪਦੇਸ਼ ਦੇਹਰਾ ਮਸੀਤ ਸੋਈ, ਪੂਜਾ ਉਹ ਨਮਾਜ਼ ਹੋਈ ਮਨ ਸਭੇ ਇੱਕ ਪੈ ਅਨੇਕ ਕੇ ਪਰਮਾਉ ਹੈ ਮਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋਦਾ ਸਭ ਤੋਂ ਪਹਿਲੇ ਉਪਦੇਸ਼ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਤੇ ਵਿਸ਼ੇਸ਼ ਤੌਰ ਦੇ ਉਤੇ ਅਫਗਾਨਿਸਤਾਨ ਦੀ ਸੰਗਤ ਦੇ ਉਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਭ ਤੋਂ ਔਥੈਂਟਿਕ ਹੁਕਮਨਾਮਾ ਜੋ ਹਜ਼ੂਰ ਨੇ ਅੰਮ੍ਰਿਤ ਸੰਚਾਰ ਤੋਂ ਬਾਅਦ ਅਫਗਾਨਿਸਤਾਨ ਦੀ ਸੰਗਤ ਨੂੰ ਭੇਜਿਆ ਉਹ ਹੁਕਮਨਾਮੇ ਦੇ ਵਿੱਚ ਵੀ ਇਹ ਸ਼ਬਦ ਹੈ ਕਿ ਸਰਬੱਤ ਸੰਗਤ ਕਾਬਲ ਕੋ ਗੁਰੂ ਰੱਖੇਗਾ ਤੁਸੀਂ ਅੰਮ੍ਰਿਤ ਪਾਣ ਕਰਨਾ ਹੈ ਗੁਰੂ ਤੇ ਭਰੋਸਾ ਰੱਖਣਾ ਹੈ ਮਰਿਆਦਾ ਨੂੰ ਧਾਰਨ ਕਰਨਾ ਹੈ ਇਹ afghanistan ਦੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਸਾਂਝੇ ਗੁਰੂ ਹਨ ਜਿਤਨੀਆਂ ਉਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਕੀਤੀਆਂ ਹਨ ਆਪਣਾ ਸਾਰਾ ਸਰਬੰਸ ਸਹੀਦ ਕੀਤਾ ਹੈ ਤੇ ਇੱਕ ਆਲਮ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿੱਥੋਂ ਤਿੱਕਰ ਉਪਮਾ ਕੀਤੀ ਜਾਏ ਉਹ ਕਹਿੰਦਾ ਹੈ ਇੱਕ ਆਖ ਸੇ ਕਿਆ ਬੁਲਬਲਾ ਕੁਲ ਬਹਿਲ ਕੋ ਦੇਖੇ ਸਾਹਿਲ ਕੋ ਮੰਜਦਾਰ ਕੋ ਜਾਂ ਲਹਿਰ ਕੋ ਦੇਖੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਉੱਤੇ ਪੂਰੀਆਂ ਉਤਰਦੀਆਂ ਤੇਰੇ ਕਵਨ ਕਵਨ ਗੁਣ ਕਹਿ ਕੈ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਜਾਂ ਇੰਜ ਕਈਏ ਜੇਹਬਾ ਏਕ ਕਮਨ ਗੁਣ ਕਹੀਏ ਬੇਸਮਾਰ ਬੇਅੰਤ ਸੁਆਮੀ ਤੇਰ ਅੰਤ ਨਾ ਕਿ ਨਹੀਂ ਲਈਏ ਡਾਕਟਰ ਰਾਧਾ ਕ੍ਰਿਸ਼ਨਨ ਜੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਲੈਕਚਰ ਦੇਂਦੇ ਆ ਹੋਇਆ ਇੱਕ ਗੱਲ ਕਹੀ ਸੀ ਉਹ ਕਹਿੰਦਾ ਸੀ ਦਾ ਮੈਨ ਆਫ ਦਾ ਲੈਜੈਂਡਰੀ ਵੀ ਵਿਲ ਨੇਵਰ ਫੋਰਗੇਟ ਆਫ देयर ਅਚੀਵਮੈਂਟ ਦੇ ਵਰਕ ਇਨ ਹੋਲ ਮੈਨ ਕਾਈਂਡ ਐਂਡ ਹੋਲ ਇੰਡੀਅਨ ਨੇਸ਼ਨ ਐਂਡ ਦਾ ਇਟਸ ਵਰਲਡ ਟੂ ਦਾ ਨੇਸ਼ਨ ਆਫ ਦਾ ਯੂਨਿਟੀ ਐਂਡ ਇਕਵੈਲਟੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੇਅੰਤ ਗੁਣ ਹਨ ਜਿੱਥੇ ਉਹ ਕਲਮ ਦੇ ਧਨੀ ਸਨ ਉਥੇ ਉਹ ਤਲਵਾਰ ਦੇ ਧਨੀ ਸਨ ਜਿੱਥੇ ਉਹ ਸੰਤ ਸਨ ਉਥੇ ਉਹ ਸਿਪਾਈ ਸਨ ਜਿੱਥੇ ਉਹ ਬਾਦਸ਼ਾਹ ਸਨ ਉਥੇ ਉਹ ਦਰवेश ਸਨ ਤੇ ਉਹਨਾਂ ਦੀ ਉਪਮਾ ਭਾਈ ਸਾਹਿਬ ਪਾਈ ਆਨੰਦ ਲਾਲ ਜੀ ਨੇ ਆਪਣੀ ਕਲਮ ਤੋਂ ਲਿਖਦਿਆਂ ਹੋਇਆਂ ਬੜੇ ਬਾ ਕਮਾਲ ਸ਼ਬਦ ਲਿਖੇ ਹਨ ਉਹ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਇੱਕੋ ਸਮੇ ਬਾਦਸ਼ਾਹ ਹੋਣਾ ਦਰवेश ਹੋਣਾ ਰਾਜ ਯੋਗੀ ਹੋਣਾ ਸੰਤ ਹੋਣਾ ਸਿਪਾਈ ਹੋਣਾ ਤੇ ਇੱਥੇ ਹੀ ਬਸ ਨਹੀਂ ਇੱਕੋ ਹੀ ਸਮੇਂ ਇਨੀਆਂ ਪਾਸ਼ਾਵਾਂ ਦੇ ਗਿਆਨੀ ਹੋਣਾ ਇਹ ਬੇਅੰਤ ਗੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਨ ਤੇ ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂ ਇਸ ਦੁਨੀਆ ਦੇ ਵਿੱਚ ਬੜੇ ਬੜੇ ਦਾਨੀ ਹੋਏ ਨੇ ਬੜੇ ਬੜੇ ਗਿਆਨੀ ਹੋਏ ਨੇ ਜਿਨ੍ਹਾਂ ਨੇ ਸੋਨਾ ਦਾਨ ਕੀਤਾ ਹੈ ਤਨ ਦਾਨ ਕੀਤਾ ਹੈ ਉਹਨਾਂ ਨੇ ਕੰਬਲ ਦਾਨ ਕੀਤੇ ਨੇ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਦਾਨ ਦਤਾਰਾ ਕੋੜੇ ਹਾਥੀ ਦਾਨ ਕੀਤੇ ਨੇ ਅੱਜ ਵੀ ਕਰ ਰਹੇ ਨੇ ਲੇਕਿਨ ਦੁਨੀਆ ਦੀ ਤਵਾਰੀਖ ਦੇ ਵਿੱਚ ਇੱਕੋ ਇੱਕ ਦਾਨੀ ਹੈ ਸੰਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਸਰਬੰਸਦਾਨੀ ਐ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਸ਼ਹੀਦ ਹੋਏ ਤੇ ਤਾਂ ਵੀ ਫਿਰ ਉਸ ਨਿਰੰਕਾਰ ਲਈ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਐਸੇ ਬੇਅੰਤ ਗੁਣਾਂ ਦੇ ਧਾਰਨੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਪੂਰਵ ਦੀਆਂ ਮੈਸਮੂ ਸੰਗਤਾਂ ਨੂੰ ਹਾਰਦਿਕ ਤੌਰ ਤੇ ਵਧਾਈਆਂ ਦੇਣਾ ਹਾਰਦਿਕ ਤੌਰ ਤੇ ਸ਼ੁਭ ਕਾਮਨਾਵਾਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਕੀ ਗੁਰੂ ਨਾਨਕ ਦਰਬਾਰ हेक्सवेल लॉन्ग आइलैंड न्यूयॉर्क दी मैनेजमेंट ਜਿਨ੍ਹਾਂ ਨੇ ਗੁਰਗੋਬਿੰਦ ਸਿੰਘ ਜੀ ਦੇ ਫਲਸਫੇ ਨੂੰ ਕਿਸ ਤਰੀਕੇ ਨਾਲ ਅਮਲੀ ਜਾਮਾ ਇਸ ਗੁਰੂ ਘਰ ਦੇ ਵਿੱਚ ਪਨਾਇਆ ਜਾਏ ਉਸ ਬਾਰੇ ਸੰਗਤ ਨੂੰ ਦੱਸਿਆ ਤੇ ਨਾਲ ਸੰਗਤ ਨੂੰ ਇਹ ਵੀ ਅਪੀਲ ਕੀਤੀ ਕਿ ਤੁਸੀਂ ਇਸ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋਵੋ ਇੱਥੇ ਵਕ ਵਕ ਹੋਰ ਵੀ ਗੁਰਪੁਰਬ ਜਿਹੜੇ ਨੇ ਉਹ ਵੀ ਮਨਾਏ ਜਾਂਦੇ ਹਨ ਭਾਵੇਂ ਉਹ ਸ਼ੀ ਦੀ ਤਿਆੜਾ ਹੋਵੇ ਉਹ ਵੀ ਇੱਥੇ ਮਨਾਇਆ ਜਾਂਦਾ ਤੇ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਜੋੜਨ ਦੇ ਲਈ ਉਹ ਵੀ ਅਹਿਮ ਭੂਮਿਕਾ ਇਸ ਪ੍ਰਬੰਧਕ ਕਮੇਟੀ ਵੱਲੋਂ ਨਿਭਾਈ ਜਾਂਦੀ ਹੈ ਵਿਦਿਆ ਵਿਚਾਰੀਤਾ ਪ੍ਰਯੋਗਕਾਰੀ ਜਿਹੜਾ ਇਹ ਫਲਸਫਾ ਗੁਰੂ ਸਾਹਿਬ ਨੇ ਦਿੱਤਾ ਸੀਗਾ ਮੇਰੀ ਪੀਰੀ ਦਾ ਸਿਧਾਂਤ 6ਵੀਂ ਪਾਸ਼ਾਏ ਗੁਰੂ ਹਰगोबिंद ਸਿੰਘ ਜੀ ਨੇ ਦਿੱਤਾ ਸੀਗਾ ਉਹਨਾਂ ਸਾਰੇ ਸਿਧਾਂਤਾਂ ਨੂੰ ਪਹਿਲੀ ਪਾਸ਼ਾਏ ਤੋਂ ਲੈ ਕੇ 10ਵੀਂ ਪਾਸ਼ਾਏ ਤੱਕ ਇੱਥੇ ਗਰਾਊਂਡ ਲੈਵਲ ਤੇ ਸਿਖਾਇਆ ਜਾਂਦਾ ਉਹਨਾਂ ਟੀਚਿੰਗ ਪੀਚਿੰਗਸ ਨੂੰ ਦੱਸਿਆ ਜਾਂਦਾ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਇਸ ਗੁਰੂ ਘਰ ਨੂੰ ਲੋੜ ਹੈਗੀ ਹੈ ਤੁਹਾਡੀ ਵੀ ਕਿ ਤੁਸੀਂ ਇੱਥੇ ਆ ਕੇ ਆਪਣਾ ਦਸਵੰਦ ਕੰਢ ਕੇ ਇਸ ਗੁਰੂ ਘਰ ਦੀਆਂ ਖੁਸ਼ੀਆਂ ਵੀ ਹਾਸਲ ਕਰੋ ਤੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਹੋਰ ਵਧੀਆ ਢੰਗ ਦੇ ਨਾਲ ਚਲਾਉਣ ਦੇ ਲਈ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਤੁਹਾਡੀ ਵੀ ਐਮ ਭੂਮਿਕਾ ਬਣਦੀ ਹੈ ਕਿ ਤੁਸੀਂ ਵੀ ਆ ਕੇ ਗੁਰਦੁਆਰਾ ਸਾਹਿਬ ਨੂੰ ਆ ਕੇ ਉਹਨਾਂ ਨੂੰ ਸਪੋਰਟ ਕਰੋ ਤੇ ਨਾਲ ਇੱਥੇ ਆ ਕੇ ਮੈਨੇਜਮੈਂਟ ਦੇ ਨਾਲ ਤੁਸੀਂ ਰਾਪਟਾ ਵੀ ਕਾਇਮ ਕਰ ਸਕਦੇ ਹੋ ਬੇਨਤੀ ਕਰਦੇ ਆ ਸਾਰੇ ਇਹ ਪ੍ਰਬੰਧਕ ਜਿੱਥੇ ਇੱਥੇ ਬੈਠੇ ਨੇ ਕਿ ਤੁਸੀਂ ਆ ਕੇ ਇੱਥੇ ਨਤਮਸਤਕ ਹੋ ਔਰ ਗੁਰੂ ਘਰ ਦੀਆਂ ਗੁਰੂ ਨਾਨਕ ਦਰਬਾਰ ਲੌਂਗ ਆਇਲੈਂਡ ਹਿਕਸਵਿਲ ਦੀਆਂ ਖੁਸ਼ੀਆਂ ਹਾਸਿਲ ਕਰੋ ਮੈਂ ਸਿਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਅਸਿਸਟੈਂਟ ਡਾਇਰੈਕਟਰ ਗਲਵੀਰ ਸਿੰਘ ਦੇ ਨਾਲ ਜਸਤ ਕਰਾਂ